ਜਦੋਂ ਕੇਰਲਾ ਵਿੱਚ ਹੜ੍ਹ ਆਏ ਸੀ ਤਾਂ ਉੱਥੇ ਹੜ੍ਹਾਂ ਤੋਂ ਬਾਅਦ ਮੰਦਰਾਂ ਦੀ ਸਫਾਈ ਕਰਦੇ ਸਿੱਖ ਸੰਸਥਾਵਾਂ ਦੇ ਵਲੰਟੀਅਰਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਅਤੇ ਅਜਿਹੀਆਂ ਹੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀਆਂ ਜਦੋਂ ਕੋਰੋਨਾ ਕਰਕੇ ਜਿੱਥੇ ਲੋਕ ਘਰਾਂ ਨੂੰ ਜਨਤਕ ਥਾਵਾਂ ਨੂੰ ਸੈਨੇਟਾਈਜ਼ ਕਰ ਰਹੇ ਨੇ ਉੱਥੇ ਹੀ ਇਹ ਸਿੱਖ ਨੌਜਵਾਨ ਮੰਦਰਾਂ ਵਿੱਚ ਜਾ ਕੇ ਸਪਰੇਅ ਕਰਕੇ ਮੰਦਰਾਂ ਨੂੰ ਸੈਨੇਟਾਈਜ਼ ਕਰਨ ਦੀ ਸੇਵਾ ਕਰ ਰਹੇ ਨੇ। ਇਹ ਹਨ ਉਹ 2% ਵਾਲੇ ਸਿੱਖ ਜੋ ਮੰਦਰਾਂ ਵਿੱਚ ਜਾ ਕੇ ਕੀਟਾਣੂ ਨਾਸ਼ਕ ਸਪਰੇਅ ਕਰਦੇ ਨੇ। ਜਿਸ ਨੂੰ ਮਾਣ ਹੈ ਉਹ ਵੀਡੀਓ ਜ਼ਰੂਰ ਸ਼ੇਅਰ ਕਰਿਓ।